ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਸਿੱਧੂ ਮੂਸੇਵਾਲਾ ਦੀ ਹਵੇਲੀ ਚ ਮੌਜੂਦ ਹੈ, ਜਿੱਥੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਵੱਲੋਂ ਅੱਜ ਇੱਕ ਜਨ ਸਭਾ ਬੁਲਾਈ ਗਈ ਹੈ, ਜਿਸ ਚ ਬਠਿੰਡਾ ਲੋਕ ਸਭਾ ਦੇ ਕਾਂਗਰਸ ਦੇ ਕੈਂਡੀਡੇਟ ਜੀਤਮਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ। ਜੀਤਮਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਿੱਧੂ ਸਾਹਿਬ, ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੋ, ਕੀ ਕਹਿਣਾ ਚਾਹੋ? ਇਸ ਤੋਂ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਹਵੇਲੀ 'ਚ ਮੁੜ ਦੁਬਾਰਾ ਰੌਣਕ ਲੱਗੀ ਹੈ। ਤੇ ਮੈਂ ਸਮਝਦਾ ਕਿ ਜੋ ਇਲੈਕਸ਼ਨ ਅਸੀਂ ਲੜਨ ਜਾ ਰਹੇ ਹਾਂ, ਜੋ ਕਾਂਗਰਸ ਵਰਕਰ ਦਾ ਉਤਸ਼ਾਹ ਹੈ ਤੁਹਾਨੂੰ ਸਾਹਮਣੇ ਦੇਖਣ ਵਾਲਾ ਹੈ। ਤੇ ਜਿਹੜਾ ਮੇਰਾ ਕਾਂਗਰਸ ਦਾ ਵਰਕਰ ਹੈ, ਉਹਨੇ ਫੈਸਲਾ ਕਰ ਲਿਆ, ਮਨ ਬਣਾ ਲਿਆ ਕਿ ਤਕੜੇ ਹੋ ਕੇ ਦਿਨ ਰਾਤ ਇੱਕ ਕਰਕੇ ਜੋ ਮੈਂ ਉਮੀਦਵਾਰ ਹਾਂ ਇੱਥੋਂ ਦਾ, ਮੈਨੂੰ ਜਿਤਾ ਕੇ MP ਬਣਾ ਕੇ ਦਿੱਲੀ ਭੇਜਣਾ। ਜੇ ਮਾਨਸਾ ਦੀ ਗੱਲ ਕਰੀਏ, ਜਸਰ ਮਾਨਸਾ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ? ਬਹੁਤ ਸੋਹਣਾ ਰਿਸਪੌਂਸ, ਮਾਨਸਾ ਸ਼ਹਿਰ ਹੋ ਗਿਆ, ਵਿੱਕੀ ਹੋ ਗਿਆ, ਮਾਨਸਾ ਜਿੰਨੇ ਪਿੰਡ ਨੇ ਸਰਦੂਲ, 9 ਦੇ 9 ਹਲਕਿਆਂ 'ਚ ਅੱਜ ਜੋ ਹਾਲਾਤ ਨੇ ਤੇ ਜੋ ਇੰਟੈਲੀਜੈਂਸ ਰਿਪੋਰਟਾਂ ਆ ਰਹੀਆਂ ਨੇ, ਉਹਦੇ ਵਿੱਚ ਕਾਂਗਰਸ ਇੱਕ ਨੰਬਰ ਤੇ ਚੱਲ ਰਹੀ ਹੈ ਤੇ ਇਸ ਤੋਂ ਪੋਜੀਸ਼ਨ ਹੋਰ ਚੰਗੀ ਹੋਏਗੀ। ਸਰ, ਸਿੱਧੂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਹੀ ਹੈ, ਤੁਸੀਂ ਜੇ ਲੋਕ ਸਭਾ 'ਚ ਪਹੁੰਚਦੇ ਹੋ ਤਾਂ ਮੈਂ ਪਹਿਲ ਦੇ ਆਧਾਰ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰੂੰਗਾ, ਕੀ ਕਹਿਣਾ ਚਾਹੋ? ਹੋਰ ਕਾਹਦੇ ਵਾਸਤੇ ਤੁਰੇ ਫਿਰਦੇ ਆ? ਇਸ ਵਾਸਤੇ ਤੁਰੇ ਫਿਰਦੇ ਆ, ਇਸ ਵਾਸਤੇ ਵਾਅਦੇ ਕਰ ਰਹੇ ਆ, ਇਸ ਵਾਸਤੇ ਜ਼ਮਾਨ ਦਿੱਤੀ ਹੈ, ਆਪਦੇ ਪਰਿਵਾਰ ਨੂੰ ਵੀ ਦਿੱਤੀ ਹੈ, ਇੱਥੋਂ ਦੇ ਲੋਕਾਂ ਨੂੰ ਦਿੱਤੀ ਹੈ, ਹਰ ਸਿੱਧੂ ਮੂਸੇਵਾਲੇ ਦੇ ਚਾਹਵਾਨ ਨੂੰ ਦਿੱਤੀ ਹੈ ਕਿ ਜੇ ਦਵਿੰਦਰ ਜਿੱਦਣ MP ਬਣ ਗਿਆ ਉਦਣ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇਗਾ ਹੀ ਮਿਲੇਗਾ। ਇਹ ਸੀ ਜੀਤਮਹਿੰਦਰ ਸਿੰਘ ਸਿੱਧੂ, ਜਿਨ੍ਹਾਂ ਦਾ ਕਹਿਣਾ ਹੈ ਜੇ ਮੈਂ ਲੋਕ ਸਭਾ ਬਠਿੰਡਾ ਤੋਂ ਜਿੱਤ ਪ੍ਰਾਪਤ ਕਰਦਾ ਤੇ ਪਹਿਲ ਦੇ ਆਧਾਰ ਤੇ ਲੋਕ ਸਭਾ 'ਚ ਜਾ ਕੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਵਾਉਂਗਾ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ ਟੀਵੀ, ਮਾਨਸਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਮੌਜੂਦ ਹੈ, ਜਿੱਥੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਵੱਲੋਂ ਅੱਜ ਇੱਕ ਜਨ ਸਭਾ ਬੁਲਾਈ ਗਈ ਹੈ, ਜਿਸ 'ਚ ਬਠਿੰਡਾ ਲੋਕ ਸਭਾ ਦੇ ਕਾਂਗਰਸ ਦੇ ਕੈਂਡੀਡੇਟ ਜੀਤਮਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ। ਜੀਤਮਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਿੱਧੂ ਸਾਹਿਬ, ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੋ, ਕੀ ਕਹਿਣਾ ਚਾਹੋ? ਇਸ ਤੋਂ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਹਵੇਲੀ 'ਚ ਮੁੜ ਦੁਬਾਰਾ ਰੌਣਕ ਲੱਗੀ ਹੈ। ਤੇ ਮੈਂ ਸਮਝਦਾ ਕਿ ਜੋ ਇਲੈਕਸ਼ਨ ਅਸੀਂ ਲੜਨ ਜਾ ਰਹੇ ਹਾਂ, ਜੋ ਕਾਂਗਰਸ ਵਰਕਰ ਦਾ ਉਤਸ਼ਾਹ ਹੈ ਤੁਹਾਨੂੰ ਸਾਹਮਣੇ ਦੇਖਣ ਵਾਲਾ ਹੈ। ਤੇ ਜਿਹੜਾ ਮੇਰਾ ਕਾਂਗਰਸ ਦਾ ਵਰਕਰ ਹੈ, ਉਹਨੇ ਫੈਸਲਾ ਕਰ ਲਿਆ, ਮਨ ਬਣਾ ਲਿਆ ਕਿ ਤਕੜੇ ਹੋ ਕੇ ਦਿਨ ਰਾਤ ਇੱਕ ਕਰਕੇ ਜੋ ਮੈਂ ਉਮੀਦਵਾਰ ਹਾਂ ਇੱਥੋਂ ਦਾ, ਮੈਨੂੰ ਜਿਤਾ ਕੇ MP ਬਣਾ ਕੇ ਦਿੱਲੀ ਭੇਜਣਾ। ਜੇ ਮਾਨਸਾ ਦੀ ਗੱਲ ਕਰੀਏ, ਜਸਰ ਮਾਨਸਾ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ? ਬਹੁਤ ਸੋਹਣਾ ਰਿਸਪੌਂਸ, ਮਾਨਸਾ ਸ਼ਹਿਰ ਹੋ ਗਿਆ, ਵਿੱਕੀ ਹੋ ਗਿਆ, ਮਾਨਸਾ ਜਿੰਨੇ ਪਿੰਡ ਨੇ ਸਰਦੂਲ, 9 ਦੇ 9 ਹਲਕਿਆਂ 'ਚ ਅੱਜ ਜੋ ਹਾਲਾਤ ਨੇ ਤੇ ਜੋ ਇੰਟੈਲੀਜੈਂਸ ਰਿਪੋਰਟਾਂ ਆ ਰਹੀਆਂ ਨੇ, ਉਹਦੇ ਵਿੱਚ ਕਾਂਗਰਸ ਇੱਕ ਨੰਬਰ ਤੇ ਚੱਲ ਰਹੀ ਹੈ ਤੇ ਇਸ ਤੋਂ ਪੋਜੀਸ਼ਨ ਹੋਰ ਚੰਗੀ ਹੋਏਗੀ। ਸਰ, ਸਿੱਧੂ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਹੈ, ਤੁਸੀਂ ਜੇ ਲੋਕ ਸਭਾ 'ਚ ਪਹੁੰਚਦੇ ਹੋ ਤਾਂ ਮੈਂ ਪਹਿਲ ਦੇ ਆਧਾਰ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੀ ਗੱਲ ਕਰੂੰਗਾ, ਕੀ ਕਹਿਣਾ ਚਾਹੋ? ਹੋਰ ਕਾਹਦੇ ਵਾਸਤੇ ਤੁਰੇ ਫਿਰਦੇ ਆ? ਇਸ ਵਾਸਤੇ ਤੁਰੇ ਫਿਰਦੇ ਆ, ਇਸ ਵਾਸਤੇ ਵਾਅਦੇ ਕਰ ਰਹੇ ਆ, ਇਸ ਵਾਸਤੇ ਜ਼ਮਾਨ ਦਿੱਤੀ ਹੈ, ਆਪਦੇ ਪਰਿਵਾਰ ਨੂੰ ਵੀ ਦਿੱਤੀ ਹੈ, ਇੱਥੋਂ ਦੇ ਲੋਕਾਂ ਨੂੰ ਦਿੱਤੀ ਹੈ, ਹਰ ਸਿੱਧੂ ਮੂਸੇਵਾਲੇ ਦੇ ਚਾਹਵਾਨ ਨੂੰ ਦਿੱਤੀ ਹੈ ਕਿ ਜੇ ਦਵਿੰਦਰ ਜਿੱਦਣ MP ਬਣ ਗਿਆ ਉਦਣ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇਗਾ ਹੀ ਮਿਲੇਗਾ। ਇਹ ਸੀ ਜੀਤਮਹਿੰਦਰ ਸਿੰਘ ਸਿੱਧੂ, ਜਿਨ੍ਹਾਂ ਦਾ ਕਹਿਣਾ ਹੈ ਜੇ ਮੈਂ ਲੋਕ ਸਭਾ ਬਠਿੰਡਾ ਤੋਂ ਜਿੱਤ ਪ੍ਰਾਪਤ ਕਰਦਾ ਤੇ ਪਹਿਲ ਦੇ ਆਧਾਰ ਤੇ ਲੋਕ ਸਭਾ 'ਚ ਜਾ ਕੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਵਾਉਂਗਾ।
कैमरामैन सुजल दे नाल मनोज चरकीवाल, दैनिक सवेरा टीवी, मानसा। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।